ਭਾਰਤੀ ਜਨਤਾ ਪਾਰਟੀ ਜੋ ਪੰਜਾਬ ਦੇ ਵਿੱਚ ਇਸ ਵਾਰ ਨਵੀਆਂ ਨਿਯੁਕਤੀਆਂ ਦੇ ਨਾਲ ਨਵੇਂ ਆਗੂ ਨੂੰ ਲੈ ਕੇ ਤੇ ਸਰਗਰਮੀਆਂ ਵਧਾ ਰਹੀ ਹੈ ਐਸੇ ਨੂੰ ਲੈ ਕੇ ਜਿੱਥੇ ਹੋਰ ਵੀ ਚੋਣਾਂ ਕੀਤੀਆਂ ਗਈਆਂ ਨੇ ਨਵੇਂ ਅਹੁਦੇਦਾਰਾ ਐਲਾਨੇ ਗਏ ਨੇ ਬੀਬੀ ਲਖਵਿੰਦਰ ਕੌਰ ਜੀ ਗਰਚਾ ਜਿਨ੍ਹਾਂ ਨੂੰ ਕਈ ਸੂਬੇ ਦੇ ਵੈਸ ਪ੍ਰਧਾਨ ਬਣਾਇਆ ਗਿਆ ਹੈ ਪਿਛਲੇ ਦਿਨੀ ਤੇ ਪਹਿਲਾਂ ਵੀ ਉਹ ਕਾਫੀ ਅਲਾਕੇ ਦੇ ਵਿੱਚ ਹਲਕੇ ਦੇ ਵਿੱਚ ਵਿਚਰਦੇ ਰਹੇ ਨੇ ਲੋਕਾਂ ਦੇ ਵਿੱਚ ਚੰਗਾ ਉਹਨਾਂ ਦਾ ਜੋ ਅਸਰ ਸੂਕਾ ਹੈ ਤੇ ਇਸ ਵਾਰ ਉਹਨਾਂ ਵੱਲੋਂ ਸਰਗਰਮੀਆਂ ਮੁੜ ਤੋਂ ਫਿਰ ਆਰੰਭ ਕਰ ਦਿੱਤੀਆਂ ਗਈਆਂ ਨੇ ਆਪਣੇ ਉਹ ਮਿਸ਼ਨ ਤੇ ਚੱਲ ਰਹੇ ਨੇ ਆਪਾਂ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ ਕੀ ਅੱਗੇ ਨੀਤੀ ਹੈ ਪੰਜਾਬ ਦੇ ਲਈ ਬੀਜੇਪੀ ਦੇ ਤੇ ਉਹ ਕਿਵੇਂ ਦੇ ਜੋ ਪ੍ਰੋਗਰਾਮ ਲੈ ਕੇ ਹਲਕੇ ਦੇ ਵਿੱਚ ਜਾ ਰਹੇ ਨੇ ਮਤਲਬ ਜੀ ਪਹਿਲਾਂ ਤਾਂ ਜੀ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਦੇ ਉੱਤੇ ਸੁਰਵਿੰਦਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਔਰ ਮੈਂ ਮਤਲਬ ਕਿ ਬੜੀ ਪੁਰਾਣੀ ਹੈਗੇ ਆਪਾਂ ਇੱਥੋਂ ਦੇ ਤੇ ਅੱਜ ਮੈਂ ਤੁਹਾਡੇ ਕੋਲ ਆਈ ਆ ਤੇ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਤੁਸੀਂ ਮੇਰੀ ਇੰਟਰਵਿਊ ਲੈ ਰਹੇ ਹੋ ਪਹਿਲਾਂ ਤੁਸੀਂ ਹੋਰ ਤਰੀਕੇ ਨਾਲ ਹੁੰਦੇ ਸੀ ਅੱਜ ਤੁਸੀਂ ਜਿਹੜੀ ਮੇਰੀ ਇੰਟਰਵਿਊ ਲੈ ਰਹੇ ਹੋ ਕਿ ਮੈਂ ਬੀਜਪੀ ਦੇ ਵਿੱਚ ਜੁਆਇਨ ਕਰ ਲਿੱਤੀ ਹੈ ਔਰ ਮੈਂ ਤੁਹਾਡੇ ਚੈਨਲ ਦੀ ਮਾਰਫਤ ਮੈਂ ਨੂੰ ਆਪਣੇ ਚੈਨਲ ਕਹਿਨੀ ਆ ਤੁਹਾਡੇ ਚੈਨਲ ਦੀ ਮਾਰਫਤ ਮੈਂ ਆਪਣੀ ਸਾਰੀ ਹਾਈ ਕਮਾਂਡ ਬੀਜਪੀ ਦੀ ਭਾਰਤੀ ਜਨਤਾ ਪਾਰਟੀ ਦੀ ਦਿੱਲੀ ਹਾਈ ਕਮਾਂਡ ਪੰਜਾਬ ਦੀ ਹਾਈ ਕਮਾਂਡ ਅਸ਼ਨੀਸ਼ ਸ਼ਰਮਾ ਜੀ ਮੈਂ ਨਾ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਕਿ ਮੇਰੇ ਵਿੱਚ ਵਿਸ਼ਵਾਸ ਜਤਾਇਆ ਔਰ ਮੈਨੂੰ ਇੰਨੀ ਵੱਡੀ ਪੋਸਟ ਦਿੱਤੀ ਜਿਹੜਾ ਕਿ ਮੈਂ ਕਦੀ ਸੋਚਿਆ ਵੀ ਨਹੀਂ ਸੀ ਕਿ ਵੀ ਮੈਂ ਵਾਈਸ ਪ੍ਰਧਾਨ ਮੈਨੂੰ ਬਣਾਣਗੇ ਔਰ ਮੈਨੂੰ ਪੋਸਟ ਦਿੱਤੀ ਹੈ ਤੇ ਮੈਂ ਮੇਰਾ ਫਰਜ਼ ਬੰਦਾ ਕਿ ਮੈਂ ਹੁਣ ਆਪਣੀ ਪਾਰਟੀ ਦੇ ਲਈ ਕੰਮ ਕਰਾਂ ਕਿਉਂਕਿ ਅੱਗੋਂ ਹੁਣ ਇਲੈਕਸ਼ਨ ਆ ਰਹੀ ਹੈ 24 ਦੀ ਜਿਦੇ ਵਿੱਚ ਅਸੀਂ ਆਪਣੇ ਆਪਣੇ ਸਾਡੇ ਪ੍ਰਧਾਨ ਮੰਤਰੀ ਜੀ ਨਰਿੰਦਰ ਮੋਦੀ ਜੀ ਤਾਂ ਕਿ ਉਹਨਾਂ ਨੂੰ ਅਸੀਂ ਇੱਥੋਂ ਦੀਆਂ ਸਾਰੀਆਂ ਸੀਟਾਂ ਜਿਤਾ ਕੇ ਮੁੜ ਕੇ ਅਸੀਂ ਉਹਨਾਂ ਨੂੰ ਪ੍ਰਧਾਨ ਮੰਤਰੀ ਉਹਨਾਂ ਨੂੰ ਦੇਖਣਾ ਚਾਹੁੰਦੇ ਆ ਤੇ ਉਸੇ ਕਰਕੇ ਮੈਂ ਹੁਣ ਆਪਣੇ ਪੁਰਾਣੇ ਸਾਥੀਆਂ ਨੂੰ ਆ ਕੇ ਮਿਲ ਰਹੀ ਹਾਂ ਮੈਂ ਪਿੰਡ-ਪਿੰਡ ਜਾ ਰਹੀ ਹਾਂ ਮੈਂ ਸ਼ੁਰੂਆਤ ਜਿਹੜੀ ਕੀਤੀ ਹੈ ਮੈਂ ਰੂਰਲ ਤੋਂ ਕੀਤੀ ਹੈ ਕਿਵੇਂ ਦਾ ਸਹਿਯੋਗ ਤੁਹਾਨੂੰ ਜਿਵੇਂ ਅਜੇ ਭਾਜੀਪੀ ਦਾ ਘੱਟ ਰਸੂਖਸੀ ਪਹਿਲਾਂ ਪਿੰਡਾਂ ਦੇ ਵਿੱਚ ਤੁਹਾਨੂੰ ਮਿਲ ਰਿਹਾ ਹੈ ਤੇ ਕਿਵੇਂ ਮੀਟਿੰਗਾਂ ਤੁਹਾਡੀਆਂ ਲੋਕਾਂ ਨਾਲ ਹੋ ਰਹੀਆਂ ਨੇ ਦੇਖੋ ਇੱਥੇ ਕੋਈ ਸ਼ੱਕ ਨਹੀਂ ਹੈਗਾ ਕਿ ਭਾਜੀਪੀ ਦਾ ਲੋਕਾਂ ਦੇ ਵਿੱਚ ਛਾਲੇ ਰੁਝਾਨ ਨਹੀਂ ਹੈਗਾ ਪਰ ਉਹਨੂੰ ਕਰਨ ਵਾਸਤੇ ਸਾਨੂੰ ਕਰਨਾ ਪਏਗਾ ਜੇ ਅਸੀਂ ਗੱਲ ਕਰੀਏ ਕਿ ਰੋਜ਼ਾਨਾ ਕਿਉਂ ਨਹੀਂ ਬੀਜੇਪੀ ਦਾ ਇਸ ਕਰਕੇ ਨਹੀਂ ਹੈ ਕਿ ਪਹਿਲਾਂ ਬੀਜੇਪੀ ਸਿਰਫ 23 ਸੀਟਾਂ ਦੇ ਉੱਪਰ ਲੜਦੀ ਸੀ ਔਰ 23 ਜਿਹੜੀਆਂ ਹੁੰਦੀਆਂ ਸੀ ਉਹ ਸਿਰਫ ਸ਼ਹਿਰੀ ਹੁੰਦੀਆਂ ਸੀਗੀਆਂ ਉਦੋਂ ਇੱਕ ਇਹ ਦੂਜੀ ਧਿਰ ਬਣ ਕੇ ਚੱਲਦੀ ਸੀ ਪਹਿਲੀ ਜਿਹੜੀ ਸੀ ਅਕਾਲੀਆਂ ਦੇ ਨਾਲ ਇਹਨਾਂ ਦੀ ਗੱਠ ਜੋੜ ਸਾਡਾ ਸੀਗਾ ਤੇ ਉਹ ਸਾਰੀਆਂ ਸੀਟਾਂ ਦੇ ਉੱਪਰ ਬਾਕੀ ਸੀਟਾਂ ਤੇ ਉਹ ਲੜਦੇ ਸੀਗੇ ਤੇ ਸਾਰਾ ਬੋਲ ਵਾਲਾ ਉਹਨਾਂ ਦਾ ਰਹਿੰਦਾ ਸੀ ਹੁਣ ਇਸ ਟਾਈਮ ਜਿਹੜੀ ਅਸੀਂ ਇਲੈਕਸ਼ਨ ਲੜੀਆ ਉਹ 117 ਸੀਟਾਂ ਦੇ ਉੱਪਰ ਲੜੀਆ ਸੀ ਚਾਹੇ ਸਾਡਾ ਗੱਠਜੋੜ ਕੈਪਟਨ ਸਾਹਿਬ ਦੀ ਪਾਰਟੀ ਨਾਲ ਸੀ ਚਾਹੇ ਢੀਂਸਾ ਸਾਹਿਬ ਦੀ ਪਾਰਟੀ ਨਾਲ ਸੀ ਜੇ ਕਿ ਜਿਹੜੀਆਂ ਅਗਲੀਆਂ ਸੀਟਾਂ ਨੇ ਹੁਣ ਅਸੀਂ ਆਪ ਲੜਨੀਆਂ ਨੇ ਤੇ ਹੁਣ ਜਦੋਂ ਮੈਂ ਇੱਕ ਅਗਰ ਬਾਹਰ ਨਿਕਲ ਆਈਆਂ ਮੈਨੂੰ ਇੱਡਾ ਵੱਡਾ ਆਦਰ ਦਿੱਤਾ ਹੈ ਤੇ ਹੁਣ ਸਾਰੇ ਜਦੋਂ ਸਾਡੇ ਪੂਰੇ ਦੇ ਪੂਰੇ ਭਾਜਪਾ ਬਾਹਰ ਨਿਕਲ ਆਏਗੀ ਤੇ ਸਹਿਯੋਗ ਪੂਰਾ ਮਿਲੇਗਾ ਔਰ ਮੈਂ ਆਪਣੇ ਆਪ ਨੂੰ ਬੜੀ ਖੁਸ਼ਕਿਸਮਤ ਸਮਝਦੀ ਹਾਂ ਕਿਉਂਕਿ ਇਸ ਇਸ ਹਲਕੇ ਵਾਸਤੇ ਮੈਂ ਨਮੀਨੀ ਮੈਂ ਬਹੁਤ ਪੁਰਾਣੀ ਹਾਂ ਤੁਸੀਂ ਵੀ ਜਾਣਦੇ ਹੋ ਕਿ ਪਿਛਲੇ ਮੈਂ ਮੇਰਾ ਖਿਆਲਾ ਕਿ 14 ਤੋਂ ਬਾਅਦ ਹੀ ਮੈਂ ਤੇ ਪੂਰਾ ਘੁੰਮ ਰਹੀ ਐ ਐਨੇ ਸਾਲਾਂ ਤੋਂ ਪਿਛੇ ਟਿਕਟ ਦਾ ਵੀ ਹੋਇਸੀ ਕਾਂਗਰਸ ਦੇ ਵਿੱਚ ਬੜਾ ਕੰਮ ਕੀਤਾ ਸੀ ਤੇ ਇਸ ਕਰਕੇ ਮੈਨੂੰ ਕੋਈ ਔਖਾ ਨਹੀਂ ਹੋ ਰਿਹਾ ਮੈਂ ਜਿਸ ਪਿੰਡ ਵੀ ਜਾ ਰਹੀ ਆ ਜਿਹੜੇ ਮੈਂ ਆਪਣੇ ਪੁਰਾਣੇ ਆਪਣੇ ਬੰਦਿਆਂ ਨੂੰ ਮਿਲ ਰਹੀ ਆ ਜਾਂ ਮੈਂ ਜਿਹੜੇ ਸਾਡੇ ਭਾਜਪੀ ਦੇ ਦੇ ਨਾਲ ਰਿਲੇਟਿਡ ਵੀ ਜਿਹੜੇ ਸਾਡੇ ਸਾਥੀ ਬੈਠੇ ਨੇ ਪਿੰਡਾਂ 'ਚ ਮੈਂ ਉਹਨਾਂ ਨੂੰ ਵੀ ਜਾ ਕੇ ਮਿਲ ਰਹੀ ਆ ਔਰ ਮੈਨੂੰ ਬਹੁਤ ਅੱਛਾ ਸਹਿਯੋਗ ਮਿਲ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵਧੇਗਾ ਇਹ ਘਟੇਗਾ ਨਹੀਂ ਮੈਂ ਹੋਰ ਵਧਾ ਕੇ ਨਾਲ ਆਪਣਾ ਜਿਹੜਾ ਕਾਰਵਾ ਹੈ ਉਹ ਬਹੁਤ ਅੱਗੇ ਲੈ ਕੇ ਜਾਵਾਂਗੇ ਭਾਜਪਾ ਦਾ ਜਿਹੜਾ ਹੈਗਾ ਇੱਥੇ ਪੂਰੇ ਜਿਹੜੇ ਲੋਕਾਂ ਨੂੰ ਕਹਿੰਦੇ ਨੇ ਕਿ ਭਾਜਪਾ ਨਹੀਂ ਇੱਥੇ ਚੱਲਣੀ ਜਾਂ ਕੁਝ ਨਹੀਂ ਬੋਲ ਵਾਲਾ ਹੀ ਪੂਰਾ ਹੋਏਗਾ ਔਰ ਮੋਦੀ ਜੀ ਆਉਣ ਵਾਲੇ ਜਿਹੜੇ ਹੈਗੇ ਨੇ ਸਾਡੇ ਪ੍ਰਧਾਨ ਮੰਤਰੀ ਸੀ ਕਿਵੇਂ ਜਿਵੇਂ ਤੁਸੀਂ ਦੱਸ ਰਹੇ ਕੋਈ ਲੋਕੀ ਤੁਹਾਡੇ ਰਸੂਕ ਦੇ ਨਾਲ ਜੁੜ ਰਹੇ ਨੇ ਮਿਹਨਤ ਕਰਨੀ ਪੈ ਰਹੀ ਹੈ ਪਰ ਜੇਕਰ ਪਹਿਲਾ ਗੱਠ ਜੋੜ ਸੀ ਜਿਵੇਂ ਦੂਜੀਆਂ ਪਾਰਟੀਆਂ ਦੇ ਨਾਲ ਇਕੱਲੇ ਲੜਨਾ ਬਿਹਤਰ ਹੋਵੇਗਾ ਜਾਂ ਤੁਸੀਂ ਗੱਠ ਜੋੜ ਨੂੰ ਵੀ ਕੋਈ ਉਹਨੂੰ ਸੰਭਵ ਦੇਖ ਰਹੇ ਹੋ ਕਿ ਜੇ ਅਗਰ ਹੋਏਗਾ ਤਾਂ ਉਹਦੀ ਤੁਹਾਨੂੰ ਵੱਧ ਸਹਯੋਗ ਮਿਲੇਗਾ ਨਹੀਂ ਹੁਣ ਇਸ ਟਾਈਮ ਬਿਲਕੁਲ ਟਾਈਮ ਚੇਂਜ ਹੋ ਰਿਹਾ ਹੈ ਹੁਣ ਗੱਠ ਜੋੜ ਕਿਉਂਕਿ ਅਸ਼ਨੀ ਜੀ ਨੂੰ ਜਿਹੜੇ ਸਾਡੇ ਪ੍ਰਧਾਨ ਜੀ ਨੇ ਅਸ਼ਨੀ ਸ਼ਰਮਾ ਜੀ ਉਹਨਾਂ ਨੂੰ ਮਤਲਬ ਕਿ ਹਮੇਸ਼ਾ ਇਹੀ ਕੀਤਾ ਜਾਂਦਾ ਸੀ ਪ੍ਰੈਸ਼ਨ ਕਿ ਕੀ ਗੱਠਜੋੜ ਅਕਾਲੀਆਂ ਨੇ ਇੱਕ ਚਲਾਤਾ ਸੀ ਵੀ ਸਾਡਾ ਇਹਨਾਂ ਨਾਲ ਪਾਈਵਲੀ ਹੋ ਰਹੀ ਹੈ ਉਹਨਾਂ ਨੇ ਕਿਹਾ ਸੀ ਬਿਲਕੁਲ ਨਹੀਂ ਅੱਜ ਕੁਵੀਰ ਬਾਦਲ ਜੀ ਕਹਿ ਰਹੇ ਕਿ ਸਾਡਾ ਅਵੱਛ ਹੀ ਦੁਬਾਰੇ ਇਹਨਾਂ ਨਾਲ ਗੱਠਜੋੜ ਹੋਵੇਗਾ ਹਾਂ ਬਾਕੀ ਦੇਖੋ ਇਹ ਹਾਈ ਕਮਾਂਡ ਦੇ ਉੱਪਰ ਹੈ ਕਿ ਵੀ ਉਹਨਾਂ ਦਾ ਕੀ ਸੋਚ ਕੇ ਚੱਲਣਾ ਜਾਂ ਕਿਸ ਰਣਨੀਤੀ ਪਰ ਅੱਜ ਦੀ ਡੇਟ ਤੱਕ ਕੋਈ ਕਿਸੇ ਨਾਲ ਗੱਠਜੋੜ ਦੀ ਗੱਲ ਨਹੀਂ ਜਿਹੜੀਆਂ ਹੁਣ 24 ਦੇ ਵਿੱਚ 13 ਸੀਟਾਂ ਨੇ ਜਿਹੜੀਆਂ ਕਿ ਉਹ ਭਾਜੀਪੀ ਖੁਦ ਇਕੱਲੀ ਲੜ ਰਹੀ ਹੈ ਔਰ 117 ਸੀਟਾਂ 27 ਦੇ ਵਿੱਚ ਸਰਕਾਰ ਸਾਡੀ ਬਣਨੀ ਹੈ ਔਰ ਅਸੀਂ 117 ਸੀਟਾਂ ਦੇ ਉੱਪਰ ਹੀ ਲੜਾਂਗੇ ਔਰ ਸਰਕਾਰ ਬਣਾ ਕੇ ਆਵਾਂਗੇ। ਅਕੀ ਦੇਖ ਰਹੇ ਹੋ ਕਿ ਕਾਂਗਰਸ ਦਾ ਜੋ ਪਹਿਲਾ ਪਵਿੱਖ ਸੀ ਤੁਸੀਂ ਰਹੇ ਹੋ ਦੇਖਿਆ ਹੋਵੇਗਾ ਕਿ ਉਹ ਫਿਰ ਹੁਣ ਕੈਪਟਨ ਤੋਂ ਬਾਅਦ ਕਿਉਂ ਕੈਪਟਨ ਦੇ ਹੁੰਦੇ ਵੀ ਨੁਕਸਾਨ ਹੋਇਆ ਸਥਿਰ ਨਹੀਂ ਰਹਿ ਸਕਿਆ। ਇਸ ਟਾਈਮ ਜੀ ਨਾ ਤਾਂ ਕਾਂਗਰਸ ਹੈ ਨਾ ਅਕਾਲੀ ਹੈ। ਦੋਨਾਂ ਦੇ ਜਿਹੜੀ ਹੈਗੀ ਆ ਨਲੈਕੀਆਂ ਦੇ ਕਰਕੇ ਦੋਨਾਂ ਦੇ ਤੇ ਇੱਕ ਜਿਹੜੀ ਨਵੀਂ ਪਾਰਟੀ ਆ ਗਈ ਸੀ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਮੇਰਾ ਖਿਆਲ ਆ ਬਾਕੀ ਅਸੀਂ ਪਿੱਛੇ ਪਿੰਡ ਦੇ ਵਿੱਚ ਬੂਤਗੜ ਬੈਠੇ ਸੀ ਉੱਥੇ ਇਹੀ ਗੱਲਾਂ ਚੱਲ ਰਹੀਆਂ ਸੀਗੀਆਂ ਇੱਕ ਪਹਿਲੀ ਪਾਰਟੀ ਆ ਇਹ ਮੇਰਾ ਤਾਂ ਖਿਆਲ ਆ ਹਿੰਦੁਸਤਾਨ ਦੇ ਵਿੱਚ ਹੀ ਮੈਂ ਅਗਰ ਕਹਾ ਪੰਜਾਬ ਦੇ ਵਿੱਚ ਵੀ ਆ ਕਿ ਜਿਹੜੀ ਕਿ 6 ਮਹੀਨੇ ਨਹੀਂ ਸੀ ਕੱਟ ਸਕੀ ਲੋਕਾਂ ਦਾ ਮੋਹ ਪੰਗ ਹੋ ਗਿਆ ਇਸ ਤੋਂ ये पार्टी नहीं है कि हैगी कुछ है ही नहीं गा ये प्राइवेट लिमिटेड है एक असम अगर कहते अकाली प्राइवेट लिमिटेड है ये तो बिल्कुल ही प्राइवेट लिमिटेड दिल्ली वाले ने आके कब्जा करके रख्या हो जिमें चाहते इस तरह हो रहा ना इतने हूँ कांग्रेस उठ सकती है ना अकाली उठ सकते हैं और ना ही इतने होएगा तो अगला आने वाला जरा टाइम है वो भाजपा का ही होगा ਪਪਾ ਆਜ ਪੜੀ ਗੱਲ ਕਰੀਏ ਉਹ ਕਿਹੜੀਆਂ ਨੀਤੀਆਂ ਨੂੰ ਮੁੱਦਿਆਂ ਨੂੰ ਲੈ ਕੇ ਤੁਸੀਂ ਦੇਖ ਰਹੇ ਹੋ ਕਿ ਲੋਕਾਂ ਦੇ ਵਿੱਚ ਅੱਜ ਮਸਲੇ ਬੰਦੀ ਸਿੰਘਾਂ ਦੇ ਨੇ ਬਰਗਾੜੀ ਦਾ ਇਹ ਤੇ ਆ ਹੁਣ ਜੀਰੇ ਤੇ ਲਤੀਪਰੇ ਦਾ ਨਵੇਂ ਮਸਲੇ ਉੱਠੇ ਨੇ ਜੋ ਹੱਲ ਨਹੀਂ ਹੋ ਰਹੇ ਜੋ ਕੇਂਦਰ ਸਰਕਾਰ ਵੀ ਆਪਣੇ ਤੌਰ ਤੇ ਇਹਨਾਂ ਵੱਲ ਸੋਚ ਸਕਦੀ ਹੈ ਭਾਵੇਂ ਕਿਸਾਨਾਂ ਦੇ ਕਰਜ਼ੇ ਨੇ ਅਗਰ ਅਜਿਹਾ ਕੰਮ ਕਰ ਦਈਏ ਤਾਂ ਕੁਝ ਨਾ ਕੁਝ ਸੋਚਣਾ ਸੰਭਵ ਹੋ ਸਕਦਾ ਜੋ ਮਸਲੇ ਅਜੇ ਵੀ ਲੋਕਾਂ ਦੇ ਜਿਉਂਦੇ ਤਿਉਂ ਖੜੇ ਨੇ ਦੇਖੋ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀਆਂ ਮਸਲੇ ਜ਼ਰੂਰ ਹੈ ਕਿ ਨੇ ਔਰ ਇਹ ਆਉਣ ਵਾਲੇ ਦਿਨਾਂ 'ਚ ਤੁਸੀਂ ਖੁਦ ਹੀ ਦੇਖੋਗੇ ਸਾਰੇ ਮਸਲੇ ਹੱਲ ਹੋ ਜਾਣਗੇ ਕਿਉਂਕਿ ਹਲੇ ਤਾਂ ਥੋੜੇ ਦਿਨ ਹੀ ਹੋਏ ਨੇ ਹਲੇ ਤਾਂ ਮਲੱਕੇ ਵੀ ਭਾਜੀਪੀ ਨੂੰ ਆਪਣੇ ਪੈਰਾਂ ਦੇ ਉੱਪਰ ਇੱਥੇ ਖੜੇ ਹੋ ਰਹੀ ਹੈ ਇੱਥੇ ਪਿਛਲੇ ਇਲੈਕਸ਼ਨ ਦੇ ਵਿੱਚ ਹੀ ਹਲੇ ਤਾਂ ਇੰਡੀਪੈਂਡੈਂਟਲੀ ਆਏ ਨੇ ਔਰ ਬੜੇ ਉਹਨਾਂ ਨੇ ਮਸਲੇ ਹੱਲ ਵੀ ਕੀਤੇ ਨੇ ਸਪੈਸ਼ਲੀ ਸਿੱਖੀਜ਼ਮ ਵਾਸਤੇ ਜਿਹੜਾ ਹੈਗਾ ਮੋਦੀ ਜੀ ਨੇ ਬਹੁਤ ਕੁਝ ਮਲੱਕੇ ਕਰ ਰਹੇ ਨੇ ਜਿਵੇਂ ਜੀ ਇਹ ਗੁਰੂ ਗ੍ਰੰਥ ਸਾਹਿਬ ਦੇ ਦੋਸਿਆਂ ਦਾ ਬਰਗਾੜੀ ਦਾ ਮੁੱਦਾ ਸੀ ਪਹਿਲਾਂ ਦੂਜਿਆਂ ਤੋਂ ਪਰੇਸ਼ਾਨ ਹੋਏ ਇੱਧਰ ਆਏ ਤੇ ਹੁਣ ਉਹ ਵੀ ਸਿਆਸਤਾਂ ਆਮ ਆਦਮੀ ਪਾਰਟੀ ਵੱਲੋਂ ਵੀ ਹੋਣ ਲੱਗ ਕਿਤੇ ਨਾ ਕਿਤੇ ਜੇਕਰ ਕੇਂਦਰ ਇਸ ਮਸਲੇ 'ਤੇਵਲ ਧਿਆਨ ਦੇਵੇ ਤਾਂ ਸਿੱਖਾਂ ਦੇ ਜੋ ਜ਼ਖਮਾਂ ਤੇ ਮਲ੍ਹਮ ਜ਼ਰੂਰ ਲੱਗ ਸਕਦਾ ਬਿਲਕੁਲ ਬਿਲਕੁਲ ਇਸ ਕੋਈ ਸ਼ੱਕ ਨਹੀਂ ਪੂਰਾ ਧਿਆਨ ਉਹ ਦੇ ਰਹੇ ਨੇ ਪੂਰਾ ਉਹਨਾਂ ਦੇ ਪੂਰੀ ਧਿਆਨ ਦੇ ਵਿੱਚ ਹੈਗਾ ਤੁਸੀਂ ਆਉਣ ਵਾਲੇ ਦਿਨਾਂ 'ਚ ਦੇਖੋਗੇ ਸਭ ਕੁਝ ਠੀਕ ਹੋ ਜਾਏਗਾ ਤੇ ਆਮ ਆਦਮੀ ਪਾਰਟੀ ਦੀ ਹੁਣ ਕਾਰਜਗਾਰੀ ਕਿਵੇਂ ਦੇਖ ਰਹੇ ਹੋ ਅਜੋ ਸਮੇਂ ਦਾ ਮਾਹੌਲ ਚੱਲ ਰਿਹਾ ਹੈ ਕੋਈ ਕਾਰਗਜ਼ਰੀ ਹੈ ਹੀ ਨਹੀਂ ਜੀ ਕੋਈ ਪਾਰਟੀ ਨਾਮ ਦੀ ਕੋਈ ਚੀਜ਼ ਹੀ ਹੈ ਨਹੀਂ ਕੀ ਇੱਥੇ ਤਾਂ ਰੋਜ਼ ਲੁੱਟਾਂ ਕਸੁੱਟਾਂ ਹੋ ਰਹੀਆਂ ਨੇ ਰੋਜ਼ ਇੱਥੇ ਰੋਜ਼ ਸੁਣਦੇ ਪਏ ਆ ਕਿ ਜੀ 30 ਲੱਖ ਦੀ ਫਰੋਤੀ ਦੇ ਵਾਸਤੇ ਬੰਦੇ ਦੀ ਜਾਨ ਲੈ ਲਈਤੀ ਜਾਨ ਦੀ ਕੀਮਤ ਨਹੀਂ ਹੈਗੀ ਇੱਥੇ ਔਰ ਜਿਹੜਾ ਕਿ ਮੁੱਖ ਮੰਤਰੀ ਹੈਗਾ ਉਹਦਾ ਪਤਾ ਹੀ ਕੁਝ ਨਹੀਂ ਪਹਿਲੇ ਉਹ ਗੁਰਦਾ ਆਪਣਾ ਗੁਜਰਾਤ ਵਿੱਚ ਹੀ ਕੁਮਦਾਰਿਆ ਹਿਮਾਚਲ ਚ ਕੁਮਦਾਰਿਆ ਹੁਣ ਸੁਣ ਰਹੇ ਆ ਕੋ ਬੈਂਗਲੌਰ ਤੁਹਾਡੀਆਂ ਇੱਥੋਂ ਦੀ ਜਿਹੜੀ ਤੁਹਾਡੀ ਇੰਡਸਟਰੀ ਆ ਉਹ ਤਾਂ ਬੰਦ ਹੋਣ ਦੇ ਕਿਨਾਰੇ ਉਹ ਬਾਹਰ ਜਾਣ ਨੂੰ ਤਿਆਰ ਬੈਠੀ ਐ ਤੁਸੀਂ ਕਹਿੰਦੇ ਬੈਂਗਲੌਰ ਤੋਂ ਅਸੀਂ ਲੈ ਕੇ ਆ ਰਹੇ ਹਾਂ ਇੱਥੇ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਹੈ ਬਿਲਕੁਲ ਜ਼ੀਰੋ ਹੈਗੀ ਹੈ ਮੈਨੂੰ ਜੇ ਕੋਈ ਪੁੱਛੇ ਵੀ ਕਿੰਨੇ ਨੰਬਰ ਦਿਨੇ ਉਹ ਤੇ ਮੈਂ ਕਹਿੰਦੀ ਅਗਰ ਜ਼ੀਰੋ ਤਾਂ ਵੀ ਕੋਈ ਮਾਈਨਸ ਹੈਗਾ ਨੰਬਰ ਮੈਂ ਉਹਨੂੰ ਸਰਕਾਰ ਨੂੰ ਦੇ ਦਿੰਨੇ ਆ ਇਹਨਾਂ ਨੂੰ ਪਤਾ ਹੀ ਕੁਝ ਨਹੀਂ ਹੈ ਇਹਨਾਂ ਨੂੰ ਸਰਕਾਰ ਚਲਾਉਣੀ ਕਿਵੇਂ ਐਨ ਕੋਲ ਐਕਸਪੀਰੀਅੰਸ ਹੀ ਕੋਈ ਨਹੀਂ ਇਹਨਾਂ ਦਾ ਹੁਣ ਮਤਲਬ ਆਪੋ ਤਾਂ ਪਈ ਹੋਈ ਐ ਇਹ ਕਹਿੰਦੇ ਸੀਗੇ ਜੀ ਸਾਡੇ ਚ ਇਮਾਨਦਾਰੀ ਬਹੁਤ ਐ ਕਿਸ ਚੀਜ਼ ਦੀ ਇਮਾਨਦਾਰੀ ਹੈ ਇਹਨਾਂ ਦੇ ਵਿੱਚ ਹਰ ਤਰ੍ਹਾਂ ਦੇ ਬੇਈਮਾਨੀਆਂ ਚੱਲ ਰਹੀਆਂ ਨੇ ਅਤروز ਮੰਤਰੀਆਂ ਦੇ ਕੋਈ ਮੇਰਾ ਖਿਆਲ ਹੈ ਸਭ ਤੋਂ ਜ਼ਿਆਦਾ ਇਹਨਾਂ ਦੇ ਐਮਐਲਏ ਨੇ ਜਿਨ੍ਹਾਂ ਦੇ ਉੱਪਰ ਪਰਚੇ ਹੈਗੇ ਨੇ ਜਿਹੜੇ ਕਿ ਪੁਰਾਣੇ ਜਿਨ੍ਹਾਂ ਦੇ ਉੱਪਰ ਕੇਸ ਹੋਏ ਹੋਏ ਨੇ ਇਹ ਕਿਸ ਚੀਜ਼ ਦੀ ਸਰਕਾਰੀ ਸਰਕਾਰੀ ਹੈ ਨੀਅਤ ਦੇ ਕੋਈ ਤਾਂ ਆਪਣੇ ਵਜ਼ਨ ਦੇ ਵਿੱਚ ਇਹਨਾਂ ਨੇ ਆਪ ਹੀ ਗਿਰ ਜਾ। ਆ ਜੀਰੇ ਵਿਖੇ ਜੀ ਮੈਂ ਹੁਣ ਲੋਕੀ ਉੱਥੇ ਗੰਦਲੇ ਪਾਣੀ ਨੂੰ ਲੈ ਕੇ ਚੱਲ ਰਹੇ ਨੇ ਤੇ ਉਹਨਾਂ ਨੂੰ ਜ਼ਬਰਦਸਤੀ ਉਠਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਮਸਲਾ ਕੋਈ ਨਹੀਂ ਬਚਾਰਿਆ ਜਾ ਰਿਹਾ ਸਾਰੇ ਸਾਰੇ ਜੀ ਮਿਲੇ ਹੋਏ ਨੇ ਇਹ ਆਪਸ ਦੇ ਵਿੱਚ ਜੋ ਵੀ ਹੈਗਾ ਇਹ ਕਹਿੰਦੇ ਸਸੀਂ ਤੇ ਧਰਨੇ ਨਹੀਂ ਲੱਗਣ ਦਵਾਂਗੇ ਜਿਦ ਦਿਨ ਸਾਡੀ ਪਾਰਟੀ ਆਏਗੀ ਕੋਈ ਧਰਨਾ ਨਹੀਂ ਲੱਗੇਗਾ ਕੋਈ ਸੜਕਾਂ ਤੇ ਨਹੀਂ ਰੋਲੇਗਾ ਮੈਂ ਕਿਹਾ ਜਿੰਨੇ ਧਰਨੇ ਇਹ ਲਗਾ ਰਹੇ ਨੇ ਜਿੰਨੀਆਂ ਕੁੜੀਆਂ ਦੀ ਬੇਅਦਵੀ ਹੋ ਰਹੀ ਹੈ ਜਿੰਨੀਆਂ ਸਾਡੀਆਂ ਕੁੜੀਆਂ ਧੀਆਂ ਪੈਣਾ ਦੀ ਸਰੀਆਮ ਉੱਥੇ ਗੁੰਡਾਗਰਦੀ ਇੰਨੀ ਕਰਦੇ ਨੇ ਮਾਰਕੋਟਾਈਆਂ ਕਰਦੇ ਨੇ ਮੈਂ ਖੁਦ ਸੰਗਰੂਰ ਗਈ ਸੀ ਜੀ ਪਿੱਛੇ ਜਾਏ ਸਾਡਾ ਪਾਰਟੀ ਦਾ ਕੰਮ ਸੀ ਮੈਂ ਉਹਦੇ ਵਿੱਚ ਗਈ ਤੇ ਮੈਂ ਘੁੰਮ ਕੇ ਅੱਧਾ 1 ਕਿਲੋਮੀਟਰ ਮੈਨੂੰ ਅੱਗੇ ਜਾਣਾ ਪਿਆ ਕਾਰਨ ਕਹਿੰਦੇ ਜੀ ਇਹ ਉਹਦੀ ਕੋਠੀ ਦੇ ਬਾਹਰ ਕਿਸਾਨ ਬੈਠੇ ਹੋਏ ਨੇ ਜੱਜ ਮੈਂ ਵਾਪਸ ਆ ਰਹੀ ਹਾਂ ਸੰਗਰੂਰ ਤੋਂ ਉਸੇ ਦਿਨ ਸ਼ਾਮ ਨੂੰ ਤੇ ਦੇਖ ਰਹੀ ਆ ਬਾਹਰ लाठी चार्ज ਚੱਲ ਰਿਹਾ ਔਰ लाठी चार्ज ਹੋ ਰਹੀ ਹੈ ਕਿੱਥੇ ਕਹਿੰਦੇ ਸੀਗੇ ਕਿ ਅਸੀਂ ਇੱਥੇ ਕੁਝ ਨਹੀਂ ਹੋਣ ਦਵਾਗੇ ਤੇ ਹੁਣ ਸਰੀਆਮ ਗੁੰਡਾਗਰਦੀ ਹੋ ਰਹੀ ਹੈ ਸਰੀਆਮ ਚੱਲ ਰਿਹਾ ਪਹਿਲਾਂ ਇੰਨਾ ਕੁਝ ਬੋਲਦੇ ਸੀਗੇ ਕਿ ਅਸੀਂ ਇਹਨਾਂ ਦੇ ਹਰੇ ਨਾਰੇ ਭਰਾਂਗੇ ਅਸੀਂ ਇਹਨਾਂ ਦੇ ਜਾ ਕੇ ਧਰਨੇ 'ਚ ਬੈਠਦੇ ਸੀ ਅੱਜ ਤੱਕ ਮੈਨੂੰ ਕੋਈ ਨਜ਼ਰ ਨਹੀਂ ਆ ਰਿਹਾ ਜਿੰਨਾ ਕਰਪਸ਼ਨ ਜਿੰਨੀ ਗੁੰਡਾਗਰਦੀ ਜਿੰਨਾ ਅਕਦੇ ਸੁਣਿਆ ਸੀ ਤੁਸੀਂ ਕਿ ਜੀ ਉਹ ਆ ਗਏ ਨੇ ਆ ਕੀ ਨੇ ਜਿਹੜੇ ਗੈਂਗ ਗੈਂਗਸਟਰ ਆ ਗਏ ਨੇ ਕਦੇ ਸੁਣਿਆ ਸੀ ਪਹਿਲੇ ਅਸੀਂ ਹਮੇਸ਼ਾ ਸੁਣਦੇ ਸੀ ਜੀ ਬਿਹਾਰ ਉਧਰ ਨੇ ਵੀ ਉਧਰਲੇ ਪਾਸੇ ਜ਼ਿਆਦਾਤਰ ਇਦਾਂ ਜੀ ਜਿੰਨਾ ਚੱਲਦੀ ਹੈ ਸਾਡੇ ਤੇ ਪੰਜਾਬ ਹੀ ਇਹਨਾਂ ਨੇ ਬਣਾ ਕੇ ਰੱਖਤਾ ਉਧਰ ਦੇ ਉਹ ਸੁਧਰ ਗਏ ਨੇ ਉਧਰ ਹੂੰ ਤੁਸੀਂ ਯੂਪੀ ਜਾ ਕੇ ਦੇਖੋ ਇੱਥੋਂ ਹਾਲਾਤ ਹਾਂਜੀ ਯੂਪੀ ਜਾ ਕੇ ਦੇਖੋ ਯੂਪੀ ਦੇ ਚੀਫ ਮਿਨਿਸਟਰ ਨੇ ਕੋਈ ਬਾਹਰ ਗੁੰਡਾਗਰਦੀ ਨਹੀਂ ਹੁੰਦੀ ਜਿਹੜੀ ਕਿ ਪਹਿਲੀਆਂ ਸਰਕਾਰਾਂ ਵਿੱਚ ਗੁੰਡਾਗਰਦੀ ਹੁੰਦੀ ਸੀ ਹਮੇਸ਼ਾ ਯੂਪੀ ਭਾਰ ਕਹਿੰਦੇ ਹੁੰਦੇ ਸੀ ਯੂਪੀ ਭਾਰ ਦੇ ਵਿੱਚ ਅੱਜ ਯੂਪੀ ਜਿਹੜੀ ਸਭ ਤੋਂ ਅੱਗੇ ਚਲੀ ਗਈ ਆ ਕਿਉਂਕਿ ਉੱਥੋਂ ਦਾ ਚੀਫ ਮਿਨਿਸਟਰ ਆ ਉਹਨੂੰ ਸੰਭਾਲ ਕੇ ਕਰਦਾ ਉਹਨੂੰ ਚੱਲ ਰਿਹਾ ਚਲਾ ਰਿਹਾ ਉਹ ਡੰਡੇ ਦੇ ਜ਼ੋਰ ਤੇ ਕਹਿ ਲੋ ਪਿਆਰ ਨਾਲ ਕਹਿ ਲੋ ਕੰਮ ਨਾਲ ਕਹਿ ਲੋ ਇੱਥੇ ਸਾਡੇ ਤਾਂ ਗੁੰਡਾ ਰਾਜ ਆ ਗਿਆ ਇਹ ਹੁਣ ਬਣ ਗਿਆ ਜੀ ਉਹ ਸਾਰਾ ਉਹ ਚੀਜ਼ ਹੋ ਗਈ ਹੈ ਮੈਡਮ ਵੀ ਹੁਣ ਇਹ ਆ ਲੋਕੀ ਵੇਖਦੇ ਨੇ ਕਿ ਭਾਵੇਂ ਜ਼ਿੰਮੇਵਾਰੀ ਹੁਣ ਤੁਹਾਨੂੰ ਪੰਜਾਬ ਦੀ ਮਿਲੀ ਐ ਪਰ ਤੁਸੀਂ ਹਲਕਾ ਖਰੜ ਵਿੱਚ ਕਾਫੀ ਚੱਕਰ ਲਗਾ ਰਹੇ ਹੋ ਮੀਟਿੰਗਾਂ ਕਰ ਰਹੇ ਹੋ ਕਿ ਹੁਣ ਤੁਸੀਂ ਹਲਕਾ ਖਰੜ ਦੇ ਵਿੱਚ ਵੀ ਅੱਗੇ ਜੋ ਐ ਸਰਕਾਰ ਵਿੱਚ ਹੋ ਰਹੇ ਐ ਉੱਥੇ ਦਾਵਾ ਰੱਖ ਰਹੇ ਹੋ ਕੋਈ ਦੇਖੋ ਦਾਵਾ ਤੇ ਪਾਰਟੀ ਚ ਨਹੀਂ ਕੋਈ ਵੀ ਨਹੀਂ ਕਰ ਸਕਦਾ ਮੈਂ ਕਿ ਕੋਈ ਵੀ ਨਹੀਂ ਕਰ ਸਕਦਾ ਇਹ ਮੇਰੀ ਕਰਮ ਭੂਮੀ ਐ ਖਰੜ ਰਹਿੰਦੀ ਐ ਮੋਹਾਲੀ ਚਾ ਪਹਿਲਾਂ ਮੇਰੀ ਮੋਹਾਲੀ ਹੁੰਦਾ ਸੀ ਤੇ ਮੈਂ ਬਹੁਤ ਸਾਲਾਂ ਤੋਂ ਖਰਚ ਨੂੰ ਕਰ ਰਹੀ ਹਾਂ ਮੇਰੇ ਇਥੇ ਮੇਰਾ ਪਰਿਵਾਰ ਬਣ ਚੁੱਕਿਆ ਕਰਨ ਖਰਚ ਮੈਂ ਕੰਮ ਕਰ ਰਹੀ ਹਾਂ ਔਰ ਮੈਂ ਜਰਾ ਕੰਮ ਕਰਨ ਲੱਗੀ ਮੈਂ ਆਉਣ ਵਾਲੀ ਹਾਂ 24 ਦੀ ਤਿਆਰੀ ਅਸੀਂ ਕਰ ਰਹੇ ਹਾਂ ਪਾਰਟੀ ਜਿਸ ਨੂੰ ਵੀ ਟਿਕਟ ਦੇਗੀ ਉਹਦੇ ਨਾਲ ਚੱਲਣਾ ਉਹਨੂੰ ਜਿਤਾ ਕੇ ਇੱਥੇ ਲੈ ਕੇ ਜਾਣਾ ਤੇ ਜੇ ਅਸੀਂ ਇੱਕ ਇੱਕ ਹਲਕਾ ਵੀ ਇੱਕ ਇੱਕ ਬੰਦਾ ਜੇਕਰ ਇੱਕ ਇੱਕ ਵਰਕਰ ਇੱਕ ਇੱਕ ਹਲਕਾ ਪਕੜ ਕੇ ਚੱਲਦਾ ਪਿਆ ਤਾਂ ਆਪਣੇ ਆਪ ਹੀ ਅਸੀਂ ਤੇ 9 ਹਲਕੇ ਆਪਣੇ ਪੂਰੇ ਤਿਆਰ ਹੋ ਜਾਣੇ ਸਾਡੇ ਤੇ ਅਸੀਂ ਅਨੰਦਪੁਰ ਸਾਹਿਬ ਦੀ ਸੀਟ ਅਸੀਂ ਜਿੱਤ ਕੇ ਦੇ ਦੇਣੀ ਹੈ ਅੱਜ ਹਲਕੇ ਦੇ ਅੰਦਰ ਕੋਈ ਕੰਮ ਕਰਨ ਨੂੰ ਲੋਕਾਂ ਨੂੰ ਬਾਹ ਫੜਨ ਵਾਲਾ ਨਹੀਂ ਦਿਖ ਰਿਹਾ ਕਿਵੇਂ ਹੁਣ ਲੋਕੀ ਤੁਹਾਡੇ ਕੋਲ ਆ ਰਹੇ ਕਿਵੇਂ ਬਹੁਤ ਮੁਸ਼ਕਲਾਂ ਸਮੱਸਿਆ ਮੈਨੂੰ ਤਾਂ ਹੱਲ ਸੰਭਵ ਹੋਣ ਦੇ ਲਈ ਆਗੂਆਂ ਨੂੰ ਅੱਜ ਲੋੜ ਤਰਸ ਲੱਗ ਰਹੀ ਹੈ ਲੋਕਾਂ ਨੂੰ ਦੇਖੋ ਮੈਂ ਤੇ ਰਵਿੰਦਰ ਜੀ ਤੁਹਾਨੂੰ ਮੇਰੇ ਬਾਰੇ ਪਤਾ ਹੈ ਹਲਕੇ ਨੂੰ ਵੀ ਪਤਾ ਹੈ ਜਦ ਮੈਂ ਕਾਂਗਰਸ ਸੀਗੀ ਮੈਂ ਉਸ ਵਕਤ ਵੀ ਹਲਕੇ ਦਾ ਕੰਮ ਕਰਦੀ ਸੀ ਜਦੋਂ ਉਹ ਹੁੰਦੀ ਹੈ ਪਾਵਰ ਚਾ ਤਦਵੀ ਜਦੋਂ ਪਾਵਰ ਚ ਨਹੀਂ ਹੈ ਮੈਂ ਤਦਵੀ ਮੈਂ ਜੇ ਘਰ ਬੈਠੀ ਆ ਤਦ ਵੀ ਤੇ ਮੇਰਾ ਤੇ ਇਕੱਲਾ ਮੈਂ ਖਰੜਦਾ ਹੀ ਨਹੀਂ ਮੇਰੇ ਕੋਲ ਤਾਂ ਪੰਜਾਬ ਦੇ ਵੀ ਬੰਦੇ ਜਿਹੜੇ ਨੇ ਕਿਉਂਕਿ ਮੈਂ ਕੈਪਟਨ ਸਾਹਿਬ ਦੇ ਨਾਲ OSD ਰਹਿ ਚੁੱਕੀ ਆ ਪਾਰਟੀ ਦੇ ਵਿੱਚ ਕਾਂਗਰਸ ਚ ਵੀ ਇੰਨਾ ਸਾਲ ਮਤਲਬ ਚੰਗੀਆਂ ਪੋਸਟਾਂ ਦੇ ਉੱਪਰ ਰਹੇ ਆ ਪੂਰਾ ਪੰਜਾਬ ਜਾਣਦਾ ਤੇ ਮੇਰੇ ਕੋਲ ਉਦੋਂ ਵੀ ਲੋਕੀ ਕੰਮ ਵਾਸਤੇ ਆਉਂਦੇ ਸੀ ਤੇ ਮੇਰੇ ਕੋਲ ਅੱਜ ਵੀ ਆ ਰਹੇ ਨੇ ਔਰ ਮੈਂ ਉਮੀਦ ਕਰਦੀ ਆ ਕਿ ਕੱਲ ਵੀ ਆਣੇ ਔਰ ਮੈਂ ਕੰਮ ਲੋਕ ਕੰਮਾਂ ਵਾਸਤੇ ਹੀ ਆ ਲੋਕਾਂ ਵਾਸਤੇ ਮੇਰੀ ਤਾਂ ਸਾਰੀ ਜ਼ਿੰਦਗੀ ਲੋਕਾਂ ਵਾਸਤੇ ਲੱਗੀ ਹੋਈ ਆ ਔਰ ਮੈਂ ਕੰਮ ਕਰਦੀ ਆਈ ਆ ਔਰ ਮੈਂ ਕਰਦੀ ਰਹਾਂਗੀ ਅ ਬੀਬੀ ਲਖਵਿੰਦਰ ਕੌਰ ਜੀ ਗਰਚਾ ਜੋ ਇਹਨਾਂ ਨੂੰ ਕੇ ਹੁਣੇ-ਹੁਣ ਪਾਜਪਾ ਦੇ ਵੱਲੋਂ ਪੰਜਾਬ ਦੀ ਨਵੀਂ ਜ਼ਿੰਮੇਵਾਰੀ ਦਿੱਤੀ ਗਈ ਹੈ ਉਹਨਾਂ ਵੱਲੋਂ ਪਾਰਟੀ ਦੀਆਂ ਨੀਤੀਆਂ ਜੋ ਪੰਜਾਬ ਦੀਆਂ ਮੁੱਖ ਮੰਗਾਂ ਨੇ ਅਤੇ ਆਪਣੀਆਂ ਸਰਗਰਮੀਆਂ ਸੰਬੰਧੀ ਜੋ ਗੱਲਬਾਤ ਰਾਹੀਂ ਸਾਡੇ ਨਾਲ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੁਸੀਂ ਹਮੇਸ਼ਾ ਹੀ ਇਸੇ ਤਰ੍ਹਾਂ ਸਹਿਯੋਗ ਦਿੰਦੇ ਹੋ ਤੇ ਦਿੰਦੇ ਰਹਿਣਾ ਤੁਹਾਡੇ ਸਾਰਿਆਂ ਦੇ ਨਾਲ ਖਾਲਸਾ ਟੀਵੀ ਚੈਨਲ ਨਿਊ ਚੰਡੀਗੜ੍ਹ